ਅੱਜ ਤੜਕੇ ਤੜਕੇ ਇੱਕ ਸੌਦਾ ਮਾਰਿਆ ਇਹ ਰਾਜਾ ਡਾਇਮੰਡ ਡਬਲ ਪਾਵਰ ਭਾਈ ਸਾਨੂੰ ਪਤਾ ਤਾਂ ਨਹੀਂ ਜਣੀ ਪਹਿਲੀ ਵਾਰੇ ਵਰਤਣਾ ਤੇ ਇਹ ਸੌਦਾ ਕਿਤੋਂ ਮਾਰਿਆ ਕਿੰਨੇ ਦਾ ਸੌਦਾ ਮਾਰਿਆ ਇਹ ਸਾਰੇ ਤੁਹਾਨੂੰ ਆਪਾਂ ਗੱਲਬਾਤ ਕਰਦੇ ਤੇ ਇੱਧਰ ਸਾਡੇ ਨਾਲ ਕੰਪਨੀ ਮਾਰ ਸਾਡੇ ਨਾਲ ਕਿਤਾਬ ਲੈ ਕੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਤਾਬ ਲੈ ਕੇ ਆ ਭਾਈ ਮੇਰੇ ਕੋਲ ਇਹ ਅੱਜ ਨਾ ਇਹ ਕਿਤਾਬ ਕਤੂਬ ਲੈ ਕੇ ਆਇਆ ਤੁਹਾਨੂੰ ਅੱਜ ਇਹਦੇ ਬਾਰੇ ਦੱਸ ਦਿਆਂ ਬਾਈ ਇਹਦੀ ਜ਼ਰੂਰਤ ਦੀ ਸਾਨੂੰ ਬਹੁਤ ਬੈਟਰੀ ਆਉਣ ਨਾਲ ਹੁਣ ਇੰਨਾ ਢਾਣ ਸੁਣਦਾ ਨਹੀਂ ਸਾਤੋਂ 139 ਇਹਦੀ ਹੌਸ ਪਾਵਰ ਹਾਂ ਇਹ ਬਾਈ ਹੁਣ ਇਹਦੀਆਂ ਸਾਰੀਆਂ ਸਪੈਸੀਫਿਕੇਸ਼ਨ ਚ ਜਿਹੜੀਆਂ ਹੁੰਦੀਆਂ ਨੇ ਇਹਦੀ ਆ ਦੇਖੋ ਆ ਡਰਮ ਕਲੱਚ ਪਤਾ ਨਹੀਂ ਕਿਆ ਕਿਆ ਬੈਰਿੰਗ ਬੂਰਿੰਗ ਗੇਅਰ ਸ਼ਾਫਟ ਗੇਅਰ ਬੈਰਿੰਗ ਇਹ ਸਾਰਾ ਕਿੱਟ ਦੇਣ ਆਇਆ ਸਾਨੂੰ ਦਿਖਾਈ ਕੀ ਕੁਛ ਦਿੱਤਾ ਆ ਦੇਖੋ ਆ ਦੇਖ ਜਿਹੜਾ ਕੰਪਨੀ ਨੇ ਦੇ ਕੇ ਚੱਲਿਆ ਸਮਾਨ ਹਾਂ ਸਮਾਨ ਵੱਲੋਂ ਮਿਲੇ ਇਹਦੇ ਨਾਲ ਆਉਂਦਾ ਉਹ ਸਮਾਨ ਆਇਆ ਪੂਰਾ ਇਹਦਾ ਇਹ ਪੈਂਦਾ ਕਿੱਥੇ ਕਿੱਥੇ ਹੈ ਇਹਦੇ ਪੰਪ ਜੇ ਸਭ ਤੋਂ ਪਹਿਲਾਂ ਤਾਂ ਹੁਣ ਬੰਦਾ ਆਇਆ ਕੰਪਨੀ ਤੋਂ ਜਿਹਨੂੰ ਆਪਾਂ ਪੈਸੇ ਦਿੱਤੇ ਆ ਵੀ ਪੰਪ ਦਿੱਤੇ ਕਿ ਇਹਦੀ ਸਰਵਿਸ ਕਰਨੀ ਦੱਸ ਵੀ ਇਹਦੀ ਸਰਵਿਸ ਕਿੱਥੋਂ ਹੁੰਦੀ ਹੈ ਨਹੀਂ ਨਹੀਂ ਕੱਟਣਾ ਨੀ ਅੱਜ ਲਾਈਵ ਟੈਲੀਕਾਸਟ ਚੱਲਣਾ ਵੀਰੇ ਅੱਜ ਸਾਨੂੰ ਇਹਦਾ ਇਹਦਾ ਆਈ ਨੀ ਪਤਾ ਲੱਗ ਰਿਹਾ ਵੀ ਇਹਦਾ ਤੇਲ ਕਿੱਥੇ ਨੂੰ ਕੱਢਣਾ ਹੈ ਇਹਦੀ ਆਰਸੀ ਉਰਸੀ ਕੋਈ ਕਿਸ ਨਾਮ ਆਰਸੀ ਬਾਬਾ ਆ ਦੇਖ ਦੇਤਾ ਸੀ ਆ ਬਿਲ ਤੇਰੇ ਪਾਸ 139 ਨੰਬਰ ਐਫ ਹੈ ਇਹਦੇ ਪਰ ਹੁਣ ਨੰਬਰ ਪਲੇਟ ਲੱਗੂ 139 ਐਫ ਵਾਲੀ ਪਤਾ ਗੱਲ ਲੱਗਿਆ ਯਾਰ ਮੈਂ ਜੋ ਸਮਾਨ ਉਹਦਾ ਚਾਚਾ ਇੱਕ ਗੱਲ ਆ ਵੈਸੇ ਤੈ ਪੁੰਨ ਦਾ ਕੰਮ ਕਰਿਆ ਇਹ ਪੰਪ ਤੇ ਕਿ ਸਾਨੂੰ ਬਹੁਤ ਔਖੇ ਦੇ ਸੀ ਹੁਣ ਤਾਂ ਆਦਾ ਤੰਨੇ ਮਰੀ ਜਾਂਦਾ ਕਹਿੰਦਾ ਆ ਚੱਲ ਕੋਈ ਨਹੀਂ ਇੰਨੀ ਕਿ ਤਾਂ ਕੰਪਲੇਂਟ ਰਹਿੰਦੀ ਹੋਇਆ 60 ਸਾਲ ਰਹਿ ਰੱਖਿਆ ਤੈਨੂੰ ਮਾੜਾ ਮੋਟਾ ਤਾਂ ਪਤਾ ਹੀ ਹੋਣਾ ਵੀ ਆ ਸਮਾਨ ਕਿੱਥੇ ਪੈਂਦਾ ਅੱਛਾ ਚੱਲ ਛੱਡ ਉਹਨੂੰ ਛੱਡ ਛੱਡ ਤੂੰ ਛੱਡ ਚਾਚਾ ਐਂ ਦੱਸ ਤੂੰ ਇਹ ਨਵਾਂ ਕਿੰਨੇ ਦਾ ਲਿਖਿਆ ਤੇ ਜਦ ਪਹਿਲਾਂ ਨਵਾਂ ਮੈਂ ਤਾਂ 12,500 ਦਾ ਲਿਖਿਆ 12,500 ਦਾ ਪਰ ਜਣੀ ਕੰਮ ਤਾਂ ਕਰਕੇ ਨਹੀਂ ਦਿੱਤਾ ਇਹ ਪੰਪ ਨਾਲ ਹਨਾ ਮੈਂ ਕਰਿਆ ਹੀ ਨਹੀਂ ਕੰਮ ਤੈਂ ਕੰਮ ਕੁਛ ਨਹੀਂ ਕਰਿਆ ਆ ਦੇਖੀ ਇਹਦਾ ਜਿਗਾੜ ਦੇ ਨੇ ਭੰਨ ਤਾ ਉਰੇ ਤੇ ਕਿੱਥੇ ਤੇ ਲੱਗਿਆ ਵਾ ਤਾਂ ਕੁਛ ਇੱਥੇ ਕਿਆ ਲੱਗਿਆ ਵਾ ਤੋਰੇ ਉਰੇ ਟਰਬੋ ਲੱਗੀ ਵੀ ਸੀ ਅੱਛਾ ਟਰਬੋ ਟਰਬੋ ਦਾ ਹੈ ਉਹਨੇ ਕਿਆ ਕਰਿਆ ਮੈਂ ਚਲੇ ਗਿਆ ਪਿੱਛੇ ਫੁੱਟ ਗਿਆ ਟਰਬੋ ਤੀ ਇੱਛਾ ਉਹਦੇ ਆਉਣ ਦੇ ਮਾਰੇ ਨੇ ਕਿਆ ਕਰਿਆ ਵੀ ਆ ਕੱਪ ਜਾ ਕਾਨੂੰ ਨਵਾਂ ਪਾਉਣਾ ਮੇਰੇ ਪਿੱਛੇ ਦੇ ਸਾਲੇ ਨੇ ਉਹਦੇ ਪਿੱਤਲ ਦਾ ਮਾਲੇ ਭਰਾਤਾ ਇਹ ਬਾਈ ਤਾਂ ਆਹੀ ਨਹੀਂ ਕਚਾਈ ਪੂਰੀ ਕਰਦਾ ਇਹ ਲਾ ਪਾਵਰ ਘਟ ਗਈ ਬਾਈ ਇਹਦੀ ਉਹ ਹੋਰ ਇਹਦੇ ਪਿੱਛੇ ਹੁਣ ਤੁਸੀਂ ਹਲ ਪਾਉਣੇ ਆਹ ਪਾਵਰ ਨਹੀਂ ਕੰਮ ਕਰਦਾ ਟਰਬੋ ਹੀ ਜਦ ਤੱਕ ਕੱਢਦੇ ਆ ਲੋਕ ਤਾਂ ਲਵਾਉਂਦੇ ਆ ਚਾਚਾ ਇਹ ਗਲਤ ਕਰਿਆ ਤਾਂ ਯਾਰ ਕਮਾਲ ਕਰਦਾ ਨਹੀਂ ਚੱਲ ਖੈਰ ਬਾਈ ਇਹ ਸਾਨੂੰ ਸੌਦਾ ਸਾਡਾ ਇਹ ਸੌਦਾ ਬਣ ਗਿਆ ਪੂਰੇ ਕਿੰਨੇ ਚ 5000 ਚ 5500 ਚ 5500 ਚ ਹਾਂ 100 ਰੁਪਏ 200 ਖਾ ਗਿਆ ਹੋਰ ਜਾਂਦਾ ਜਾਂਦਾ ਹੋਰ ਫਿਰ ਕਿੱਧਰ ਚੱਲਦਾ ਕੰਮ ਹੁਣ ਡਿਊਟੀ ਚੱਲਦੀ ਉਧਰ ਠੀਕ ਹੈ ਚਾਚਾ ਇਹੋ ਜਿਹਾ ਪੰਪ ਹੋਰ ਚਾਹੀਦਾ ਆਪਾਂ ਨੂੰ ਇੱਕ ਜੇ ਤਾਂ ਆਪਣਾ ਹੋਰ ਹੈਗਾ ਕਿਸੇ ਕੋਲ ਆਪਣੇ ਤੇਰੇ ਕੋਲੇ ਇਧਰ ਲੱਭਦੇ ਤੇਰੇ ਆਂਢੀ ਗੁਆਂਢੀ ਤੂੰ ਕਿਸੇ ਕੋਲ ਆ ਵੀ ਚੱਲ ਵਧੀਆ ਕਰਿਆ ਤਾਂ ਤੈਂ ਪੁੰਨ ਵਾਲਾ ਕੰਮ ਕਰ ਲਿਆ ਮੈਂ ਤੈਨੂੰ ਖੁਦ ਕਹਿ ਰਿਹਾ ਇਹ ਤਾਂ ਆਰਾਮਦਾਰੀ ਬਹੁਤ ਸਟਾਰਟਿੰਗ ਦਿਖਾ ਦੇ ਅੱਜ ਇੱਕ ਵਾਰ ਤੂੰ ਆ ਤਾਂ ਨਹੀਂ ਵੀ ਸੌਦਾ ਬਾਈ ਕਿਵੇਂ ਦਾ ਰਿਹਾ ਦੇਖੋ ਆ ਟੈਂਕੀ ਟੂੰਕੀ ਸਾਰੀ ਨਵੀਂ ਹੈ ਕਿੱਟ ਨਾਲ ਦਿੱਤੀ ਅੱਧੀ ਦਿੱਤੀ ਹੈ ਆਈ ਦੇ ਰਾਡ ਨਹੀਂ ਦਿੱਤੀ ਵੀਲ ਪਾਣਾ ਦੇਤਾ ਕੱਲਾ ਤਾਂ ਇਹਦੇ ਵਿੱਚ ਯਾਰ ਨਾਲ ਪੇਜਕਸ ਹੁੰਦਾ ਕਹਿੰਦਾ ਮੈਂ ਹੁਣ ਜਾਣ ਦੇ ਦਵਾਂ ਤੁਹਾਨੂੰ 5000 ਤੇ ਨਾਲ ਕਹਿੰਦਾ ਪੰਪ ਲੈ ਕੇ ਹਾਂ ਘਰਾਂ ਛੱਡ ਕੇ ਗਿਆ ਨਾਲ ਕਹਿੰਦਾ ਪੈਟਰੋਲ ਵੀ ਦਿੱਤਾ ਬਾਈ ਆ ਦੇਖੋ ਇੰਨਾ ਪੈਟਰੋਲ ਆਏ ਦੱਸ ਵੀ ਇਹਦਾ ਮਗਲਾਇਲ ਕਿੱਥੇ ਨੂੰ ਨਿਕਲੂਗਾ ਪਾਊ ਹੁਣ ਅਸੀਂ ਕਰਨੀ ਹੈ ਇਹਦੀ ਰਿਪੇਅਰ ਸਰਵਿਸ ਹੈ ਕਰ ਲਿਆ ਬਾਕੀ ਹੁਣ ਯਾਰ ਮੈਂ ਤਾਂ ਬਦਲਿਆ ਨਹੀਂ ਕਦੇ ਇਹਦਾ ਤੇਲ ਐਵੇਂ ਤੈਨੂੰ ਮੈਂ ਕਹਿੰਦਾ ਤੇਲ ਬਦਲਿਆ ਉਹ ਕਹਿੰਦਾ ਵੀ ਆਹ ਖੋਲ ਕੇ ਜਿਹੜਾ ਯਾਰ ਆ ਤਾਂ ਇੱਥੇ ਰੁਕਾ ਉਹ ਪਊਗਾ ਇਹਦੇ 80 ਰੁਪਏ ਦੇ ਵਿੱਚ ਇਹ ਤਾਂ ਲੱਗ ਬਸ ਫਿਰ ਹੋਰ ਤਾਂ ਇਹਦੇ ਦਾ ਰੁਕਾ ਤੇਲ ਹੈ ਹੋਰ ਕਿੱਥੇ ਨਿਕਲਣਾ ਇਹਨੂੰ ਥੋੜਾ ਮੁੱਦਾ ਕਰ ਲਾ ਨਾ ਜਿੱਥੇ ਨੂੰ ਕਹਿ ਪੈਂਦਾ ਬਾਈ ਉੱਥੇ ਨੂੰ ਕੱਢ ਲਾ ਮੁੱਦਾ ਕਰਕੇ ਇਹਨੂੰ ਭਾਗਾ ਚ ਆਇਆ ਤਾਂ ਸਵੇਰੇ ਕਹਿੰਦਾ ਜਿੱਥੇ ਨੂੰ ਪਾਇਆ ਕਹਿੰਦਾ ਇੱਥੇ ਨੂੰ ਮੁੱਦਾ ਕਰਕੇ ਕੱਢ ਲਓ ਤੇਲ ਕਹਿੰਦਾ ਤੁਸੀਂ ਤੇਲ ਹੀ ਕੱਢਣਾ ਨਹੀਂ ਇਹਦੀ ਗੇ ਜਾਈਦੀ ਇਹ ਜੇ ਤੇਲ ਸਹੀ ਹੈ ਫਿਰ ਕਾਹਨੂੰ ਕੱਢਦੇ ਆ ਯਾਰ ਜੇ ਚਾਚੇ ਨੇ ਚਲਾਇਆ ਹੀ ਨਹੀਂ ਹੈ ਮੈਂ ਤਾਂ ਚਲਾਇਆ ਉਹਨਾਂ ਨੇ ਸਰਵਿਸ ਕਰਾ ਕੇ ਨਾ
ਭਈਏ ਨੇ ਕਿੰਨਾ ਕਿਤੇ ਲੈਣਾ 20-30 ਪੰਪ ਭਈਏ ਨੇ ਲਾਇਆ ਹੁਣ ਉਹਦੇ ਬਾਅਦ ਮੈਂ ਤਾਂ ਲਾਇਆ ਉਹ ਤਾਂ ਕਹਿੰਦੇ ਵੀ ਇਹਦੇ ਹਰੇਕ 8 ਘੰਟੇ ਬਾਅਦ ਇਹਦੀ ਸਰਵਿਸ ਕਰੋ 8 ਘੰਟੇ ਬਾਅਦ ਫਿਰ ਤਾਂ ਇੱਕ ਜਿਹੜਾ ਉੱਥੇ ਰੱਖ ਚਾਹੀਦਾ ਇਹਦੇ ਕੋਲ ਤੇਲ ਨੂੰ ਲੈ ਕੇ ਮਗਰ ਚਾਹੀਦਾ ਕਿ ਦਵਾਈ ਨਹੀਂ ਮਗਲਾਲ ਪੈਂਦਾ ਕਿੰਨਾ ਕੁ ਥੋੜਾ ਤਾਂ ਮਗਲਾਲ ਕਹਿੰਦਾ ਪਾਈਆ ਖੰਡੇ 'ਚ ਬਸ ਫਿਰ ਇੰਨਾ ਕੁ ਪੈਂਦਾ ਪਾਈਆ ਕੇ ਹਾਂ ਨਹੀਂ ਬਹੁਤ ਵਧੀਆ ਬਾਈ ਇੱਕ ਸੌਦਾ 2 ਦਿਨ ਹੋ ਗਏ ਮਾਰ ਲਿਆ ਤਾਂ ਆਪਾਂ ਨੇ ਫਿਰ ਇਹ ਬਹੁਤ ਇਹਦੀ ਹੁਣ ਅਸਲ 'ਚ ਅਸੀਂ ਅੱਜ ਕੀ ਲੱਗੇ ਤੇ ਇਹਦਾ ਤੇਲ ਬਦਲੀ ਕਰਨ ਲੱਗੇ ਤੇ ਹੁਣ ਬਾਈ ਬੰਦਾ ਕਰੂਗਾ ਤਾਂ ਕੰਪਨੀ 'ਚ ਫੋਨ ਕਰੂਗਾ ਜਿੱਥੋਂ ਲਿਆ ਆਪਾਂ ਨੇ ਜਿਹਨੂੰ ਆਪਾਂ ਪੈਸੇ ਦਿੱਤੇ ਉਹਨੂੰ ਇਹ ਬੰਦਾ ਤੰਗ ਕਰੂਗਾ ਹੁਣ ਉਹ ਡਿਊਟੀ ਛੱਡ ਕੇ ਆਇਆ ਹੁਣ ਉਹ ਕਹਿੰਦਾ ਮੈਨੂੰ ਤੁਸੀਂ ਤੰਗ ਕਰੀ ਜਾਂਦੇ ਜਾਂ ਚੀਜ਼ ਦੇ ਦਿੱਤੀ ਕਹਿੰਦਾ ਜਦ ਤੁਹਾਡੇ ਨੌਂ ਏ ਕਰਾਤਾ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਚੱਲ ਦੇਖਦੇ ਆ ਬਾਈ ਪੱਟ ਪੁੱਟ ਕੇ ਕਿਧਰੇ ਪਾਸੇ ਨੂੰ ਜੇ ਤੇਲ ਪੈ ਗਿਆ ਹੁਣ ਕਿਸੇ ਪਾਸੇ ਇੰਨਾ ਟੇਡਾ ਨਾ ਕਰ ਕਿਤੇ ਓਵਰ ਨਾ ਹੋ ਜਾਵੇ ਚਾਚਾ ਹੈ ਕਿਹੜਾ 2-stroke ਹੈ 4 ਹੈ ਇਹ ਚ ਮਗਲੈਲ ਨੀ ਪੈਂਦਾ ਹਨਾ ਠੀਕ ਹੈ ਇਹਦੇ ਇੰਜਨ ਚ ਪੈਂਦਾ ਬਸ ਕੱਲਾ ਜਿਹੜਾ 2-stroke ਉਹਦੇ ਪੈਟਰੋਲ ਚ ਵੀ ਇੱਕ ਵਾਰ ਸਟਾਰਟਿੰਗ ਦਿਖਾ ਦੇ ਲਿਆ ਵੀ ਸੌਦਾ ਦਿਖਾ ਦੇ ਬਾਈਆਂ ਨੂੰ ਵੀ ਠੀਕ ਹੋ ਗਿਆ ਹੈਗਾ ਵਿੱਚ ਹੋ ਜਾਣਾ ਚਾਚਾ ਦੇਖੀ ਕਰਕੇ ਨਹੀਂ ਦੇਖ ਕਰਕੇ ਨਹੀਂ ਦੇਖ ਕਰਕੇ ਹੋਊਗਾ ਚੌਕ ਲੱਗੀ ਵੀ ਫੰਕਸ਼ਨ ਸਮਝ ਲੈ ਬਾਈ ਇਹਦੇ ਕਿਹੜੇ ਕਿਹੜੇ ਚੌਕ ਕਿੱਥੇ ਇਹਦੀ ਕਿੱਥੇ ਨਹੀਂ ਅਸੀਂ ਬੜੇ ਹੀ ਪੰਪ ਲੱਗੇ ਤੇ ਬਣਾਉਣ ਹੁਣ ਚੱਲ ਇਹ ਕਹਿੰਦੇ ਵੀ ਕਾਹ ਪੰਪ ਵੀ ਜ਼ਰੂਰੀ ਹੈ ਚਾਹੀਦਾ ਇੱਕ ਹੁਣ ਇੱਕ ਹੋਰ ਲੈਣਾ ਪੈਣਾ ਹੈ ਵੀ ਇੱਕ ਬਿਨਾ ਗਤੀ ਨਹੀਂ ਹੈ ਚੱਲ ਜਿਹੜੀ ਵੀ ਸਾਰੀ ਚੀਜ਼ ਬਣਦੀ ਹੈ ਦੋ ਬਣਦੀਆਂ ਚੀਜ਼ਾਂ ਮੁੱਦਾ ਕਰ ਲੈਂਦੇ ਹਾਂ ਓਵਰ ਕਰ ਲਿਆ ਤੁਸੀਂ ਟੇਡਾ ਕਰ ਲੈਣਾ ਮੈਂ ਤੁਹਾਨੂੰ ਕਿਹਾ ਨਾ ਇਹਦੀ ਹਵਾ ਕੱਢਣੀ ਪੈਂਦੀ ਹੈ ਉਰੇ ਤੇ ਆਈ ਤੇ ਇਹਨੂੰ ਦੱਬ ਕੇ ਤੇਲ ਘੱਟ ਆ ਯਾਰ ਇਹ ਪੰਪ ਹੈ ਇਹਦਾ ਕਿਹੜਾ ਅੱਛਾ ਉਹ ਹੈ ਚਿੜੀ ਜੀ ਹਾਂ ਨਾ ਆ ਉਂਗਲ ਦੱਬਣਾ ਪੈਂਦਾ ਯਾਰ ਇਹਨੂੰ ਪੰਪ ਮਾਰਨਾ ਪੈਂਦਾ ਇਹਨੂੰ ਜੇ ਚਾਚਾ ਤੇ ਪਹਿਲੇ 2-stroke ਜਾਂ ਵੀ ਰੱਖਿਆ ਕਾਹੀ ਲਿਆ ਤਾ ਮੇਰਾ ਹੀ ਆ ਇਹ ਨਹੀਂ ਪਹਿਲਾਂ ਤਾਂ 2-stroke ਨਾ ਹੋਰ ਮੈਂ ਕਿ ਉਹਨੇ 2 ਆਹੀ ਆ 4 ਆ ਇਹ ਠੀਕ ਹੈ ਤੇਲ ਪਾ ਲਿਓ ਚ ਹੁਣ ਇੱਕ ਵਾਰ ਸਟਾਰਟ ਕਰਕੇ ਤਾਂ ਜਾ ਇਹਨੂੰ ਹੁਣ ਸਟਾਰਟ ਕਰਨੇ ਨੂੰ ਤੇਲ ਪਾ ਲਾਇਆ ਚ ਆ ਹਵਾ ਕੱਢ ਕੇ ਹੋਰ ਕਿਆ ਮੜੀ ਜੀ ਰੇਸ ਦੇ ਕਿਉਂ ਇਹ ਰਾਹ ਗਲਤ ਹੈ ਇੱਕ ਤਾਂ ਤੁਸੀਂ ਪੈਸੇ ਪਹਿਲਾਂ ਦੇ ਦਿੰਦੇ ਬੰਦੇ ਨੂੰ ਉਹੀ ਤਾਂ ਗਲਤੀ ਹੋਈ ਜਾਲੇ ਮੋੜ ਦੂੰਗਾ ਮੈਂ ਇਹਦਾ ਪੰਪ ਛੱਡਿਆ ਆਇਓ ਇਹਨੂੰ ਸਟਾਰਟ ਕਰ ਨਾ ਨਾ ਇਹਨੂੰ ਸਟਾਰਟ ਕਰ ਬਈ ਇਹ ਤਾਂ ਮਗਲਾਲ ਪੈਂਦਾ ਦਿਖਾ ਵੀ ਇਹ ਉਹ ਮਗਲਾਲ ਉਰੇ ਨੂੰ ਪੈਂਦਾ ਉਰੇ ਨੂੰ ਨਿਕਲਦਾ ਇਹਦਾ ਮੈਂ ਦੇਖੇ ਨਹੀਂ ਵੀ ਇੱਥੇ ਨੂੰ ਪੈਂਦਾ ਕਿਉਂ ਨਿਕਲਦਾ ਉਹ ਤਾਂ ਕਹਿ ਦੱਸ ਮੈਨੂੰ ਉਹਦੇ ਚੈਂਬਰ ਦੇ ਥੱਲੇ ਸਾਰਾ ਨੱਟ ਤਾਂ ਹੈ ਨਹੀਂ ਉਹ ਮੈਨੂੰ ਐ ਲੱਗਦਾ ਵੀ ਜਿਵੇਂ ਸੁੱਕੇ ਕ੍ਰੋਸ ਹੁੰਦੇ ਨਾ ਕਈ ਵੀ ਇਹਦਾ ਇੰਜਣ ਦੀ ਸਰਵਿਸ ਹੁੰਦੀ ਓ ਨਹੀਂ ਆਉਣੀ ਚੱਲ ਕੋਈ ਨੀ ਕੱਢਦੇ ਬਾਈ ਸੋਲੂਸ਼ਨ ਤੁਹਾਡਾ ਇਹਦਾ ਨਾ ਇਹਦਾ ਪੰਪ ਦਾ ਹੁਣ ਆਪਾਂ ਦੇਖਦੇ ਆ ਵੀ ਹੁਣ ਕਿਵੇਂ ਸਰਵਿਸ ਸੁਰਵਿਸ ਹੈ ਜਿਹੜੀ ਹੋਊਗੀ ਸਟਾਰਟ ਹੋਇਆ ਨੀ ਖੈਰ ਪੰਗਾ ਲੈ ਲਿਆ ਯਾਰ ਇਹ ਤਾਂ ਪੰਗਾ ਲੈ ਲਿਆ ਹੁਣ ਕੋਈ ਨੀ ਆਪਾਂ ਲੱਗ ਦਿਖਾਤਾ ਤੁਹਾਨੂੰ ਭਾਈ ਅੱਛਾ ਹਾਂ ਪਲੱਗ ਵੀ ਲੱਗਦਾ ਇਹਦੇ ਅੱਛਾ ਆ ਕਿਵੇਂ ਖੁੱਲੂ ਆਪਾਂ ਸੱਚੀ ਨੀ ਪਤਾ ਹੈਗਾ ਚੱਲ ਆਪਾਂ ਤਾਂ ਕਰੂਗੇ ਹੀ ਪੁੱਠਾ ਕਰਕੇ ਕਰ ਲੂਗੇ ਉਹ ਨੀ ਜ਼ਿਆਦਾ ਪੁੱਠਾ ਕਰਕੇ ਪਤਾ ਦੇਖ ਗਿਆ ਦੇਖ ਹੁਣ ਇਹਦੇ ਵਿੱਚ ਪੇਚਕਸ ਪੈਂਦਾ ਇਹਦੇ ਨਾਲ ਪਲੱਗ ਖੁੱਲਣਾ ਘੁਮਾ ਕੇ ਹੈ ਇਹ ਬੰਦਾ ਪੇਚਕਸ ਖਾ ਗਿਆ ਇਹ ਪੇਚਕਸ ਖਾ ਗਿਆ ਪੇਚਕਸ ਖਾ ਗਿਆ ਹੁਣ ਪਲੱਗ ਕਿਵੇਂ ਖੁੱਲੂ ਹੈਲੋ ਆ ਕਿਵੇਂ ਖੁੱਲੂ ਪਲੱਗ ਕਿਹੜਾ ਪਲੱਗ ਪੇਚਕਸ ਕੋਲ ਰੱਖ ਲਾ ਯਾਰ ਪੇਚਕਸ ਕੰਪਨੀ ਨਾਲ ਦਿੱਤਾ ਇਹ ਰਾਜਾ ਸਪਰੇਅ ਨੂੰ ਪੁੱਛਦਾ ਮੈਂ ਟੈਗ ਕਰੂੰਗਾ ਉਹਨਾਂ ਨੂੰ ਜਦ ਕੰਪਨੀ ਨੇ ਆ ਦਿੱਤੇ ਆ ਆਹਾ ਸੀਲਾਂ ਜੀਆਂ ਕਾਤੀਆਂ ਦੇ ਦਿੱਤੀਆਂ ਇਹਨੇ ਨੇ ਇੰਨੀਆਂ ਇਹ ਨਹੀਂ ਆਈਆਂ ਵਿੱਚ ਬੋਕੀਆਂ ਪਈਆਂ ਸੀਲਾਂ ਯਾਰ ਇਹ ਕਿੱਥੇ ਕਿੱਥੇ ਪੈਣਗੀਆਂ ਵਿੱਚ ਇਹਦੇ ਹੋਰ ਕਿੱਥੇ ਹੋਰ ਵਧੀਆ ਆ ਟੱਕਣ ਫੋਨ ਕੇ ਹੋਰ ਥੋੜੀ ਪੈਣਗੀਆਂ ਯਾਰ ਇਹਦੇ ਵਿੱਚ ਠੀਕ ਹੈ ਚੱਲ ਬਹੁਤ ਵਧੀਆ
ਸੌਦਾ ਦੱਸਿਓ ਵੀ ਠੀਕ ਰਿਹਾ 5,552 ਚ ਪੰਪ ਨਵੀਂ ਕੰਡੀਸ਼ਨ ਚ ਹੈ ਸਟਾਰਟ ਭਾਵੇਂ ਨਹੀਂ ਹੋਇਆ ਚਲੋ ਕੋਈ ਨਹੀਂ ਉਹ ਕਰ ਲਾਂਗੇ ਸਟਾਰਟ ਹੋ ਜਾਣੀ ਅਗਲੇ ਵਲੌਗ ਚ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਠੀਕ ਹੈ ਜੀ ਓਕੇ ਤੇ ਬਾਕੀ ਬਈ ਰਿਪੇਅਰ ਪੂਰ ਇਹਦੀ ਜਿਹੜੀ ਇੰਜਣ ਦਾ ਆਪਾਂ ਨੇ ਤੇਲ ਬਦਲੀ ਕਰਨਾ ਤਾਂ ਉਹ ਕਰਤਿਆ 60 ਕੁ ML ਜਿਹੜਾ ਉਹਦੇ 'ਚੋਂ ਮਗਲੈਲ ਨਿਕਲਿਆ ਮਤਲਬ ਉੱਥੇ ਨੂੰ ਜਿੱਥੇ ਨੂੰ ਆਪਾਂ ਮੈਂ ਨਾ ਅਸਲ 'ਚ ਕੀ ਕਸਟਮਰ ਕੇਅਰ ਨੂੰ ਫੋਨ ਕਰਕੇ ਪੁੱਛ ਲਿਆ ਤਾ ਮੈਂ ਵੀ ਇਹਦਾ ਕਿਵੇਂ ਕਿਵੇਂ ਹੈ ਨਾ ਤੇਲ ਤੂਲ ਦਾ ਕਿਵੇਂ ਕੀ ਸਿਸਟਮ ਹੈ 60 ਕੁ ML ਇਹਦੇ ਵਿੱਚੋਂ ਤੇਲ ਨਿਕਲਿਆ ਅਤੇ ਆਪਾਂ ਨੇ ਨਵਾਂ ਜਿਹੜਾ ਟਰੈਕਟਰਾਂ 'ਚ ਪੈਂਦਾ ਮਗਲੈਲ ਆਪਾਂ ਨੇ 80 ML ਇਹਦੇ 'ਚ ਨਵਾਂ ਪਾਤਾ ਤੇਲ ਤੂਲ ਪਾ ਕੇ ਸਟਾਰਟ ਕਰਕੇ ਹੁਣ ਆਪਾਂ ਨੇ ਅੰਦਰ ਰੱਖਤਾ ਉਹ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਗਲੇ ਬਲੌਗ ਨਾਲ ਦਿਓ ਜਾਤ ਸਤਿ ਸ਼੍ਰੀ ਅਕਾਲ।